ਦੁਨੀਆ ਦੇ ਧਾਰਮਿਕ ਇਤਿਹਾਸ ਵਿੱਚ ਕੁਝ ਅਜਿਹੇ ਮਹਾਨ ਸੂਫੀ ਸੰਤ ਜਿਨ੍ਹਾਂ ਨੇ ਨਾ ਸਿਰਫ ਮਾਨੁਕਤਾ ਨੂੰ ਇੱਕ ਨਾਲ ਜੋੜਿਆ ਬਲਕਿ ਵੱਖ-ਵੱਖ ਧਰਮਾਂ ਵਿੱਚ ਇਹ ਬਜ਼ੁਰਗ ਆਪਸੀ ਮੇਲ ਦਾ ਕਾਰਨ ਵੀ ਬਣੇ। ਇਸਲਾਮ ਦੀ ਮਹਾਨ ਤਾਰੀਖ ਵਿੱਚ ਕਈ ਹਜ਼ਾਰ ਸਾਲ ਸੂਫੀ ਸੰਤਾਂ ਦੀ ਪਰੰਪਰਾ ਚੱਲੀ। ਬੜੇ ਬੜੇ ਮਹਾਨ ਸੂਫੀ ਸੰਤਾਂ ਨੇ ਇਸਲਾਮੀ ਦੁਨੀਆ ਨੂੰ ਚਾਨਣਾ ਦਿੱਤਾ। ਇਹਨਾਂ ਮਹਾਨ ਸੂਫੀ ਸੰਤਾਂ ਵਿੱਚ ਮਨਸੂਰ, ਸਰਮਦ, ਖਵਾਜਾ ਅਮੀਰੁੱਦੀਨ, ਸ਼ਮਸ ਤਬਰੇਜ਼, ਮੌਲਾਨਾ ਰੂਮ ਅਤੇ ਹਾਫਿਜ਼ ਸ਼ੇਖ ਸਾਦੀ ਹਨ। ਇਸੇ ਹੀ ਪਰੰਪਰਾ ਦੇ ਮਹਾਨ ਚਸ਼ਮੋ ਚਿਰਾਗ ਸੂਫੀ ਬਜ਼ੁਰਗ ਅਤੇ ਭਗਤ ਹਜ਼ਰਤ ਬਾਬਾ ਫਰੀਦੁੱਦੀਨ ਮਸੂਦ ਗੰਜਸ਼ਕਰ, ਜਿਨ੍ਹਾਂ ਦੇ ਦਰ ਦਾ ਦਰਵਾਜ਼ਾ ਸੈਂਕੜਾਂ ਸਾਲਾਂ ਬਾਅਦ ਵੀ ਬਿਨਾਂ ਕਿਸੇ ਜ਼ਾਤ ਪਾਤ ਅਤੇ ਧਰਮ ਦੀ ਤਫਰਕੇ ਤੋਂ ਬਿਨਾਂ ਹਰ ਇਨਸਾਨ ਵਾਸਤੇ ਅੱਜ ਵੀ ਖੁੱਲ੍ਹਾ ਹੈ। ਆਪ ਜੀ ਦੇ ਬੋਲ ਸ਼ੱਕਰ ਨਾਲੋਂ ਮਿੱਠੇ ਕਾਰਨ ਆਪ ਜੀ ਦੇ ਨਾਮ ਨਾਲ ਗੰਜਸ਼ਕਰ ਲਾਇਆ ਜਾਂਦਾ ਹੈ। ਆਪ ਜੀ ਦੇ ਕਲਾਮ ਵਿੱਚ ਬੈਰਾਗ, ਬਿਰਹੇ, ਗਿਆਨ, ਸਾਂਝੀਵਾਲਤਾ ਅਤੇ ਭਗਤੀ ਰਸ ਨਾਲ ਭਰਿਆ ਹੋਇਆ ਮਿਲਦਾ ਹੈ। ਆਪ ਜੀ ਦੇ ਅਮਰ ਬੋਲ ਸਿੱਖ ਧਰਮ ਦੇ 11ਵੇਂ ਗੁਰੂ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਿਰਾਜਮਾਨ ਹਨ। ਪੰਜਾਬੀ ਲਹਿਰ ਦੀ ਟੀਮ ਅੱਜ ਪਹੁੰਚੀ ਹੈ ਪਾਕ ਪਤਨ ਸ਼ਰੀਫ, ਜਿੱਥੇ ਆਪਾਂ ਵੇਖਾਂਗੇ ਹਜ਼ਰਤ ਬਾਬਾ ਫਰੀਦੁੱਦੀਨ ਮਸੂਦ ਗੰਜਸ਼ਕਰ ਦੇ ਦਰ ਦੀਆਂ ਰੌਣਕਾਂ ਅਤੇ ਨਾਲ ਨਾਲ ਜਾਣਾਂਗੇ ਸਿੱਖ ਧਰਮ ਅਤੇ ਬਾਬਾ ਫਰੀਦ ਜੀ ਦੇ ਇਤਿਹਾਸ ਬਾਰੇ ਕਿ ਕਿਸ ਤਰ੍ਹਾਂ ਉਹਨਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੋਈ। ਵੈਸੇ ਤਾਂ ਅਫਗਾਨੀ ਕੌਮ ਨਾਲ ਸੰਬੰਧਨ ਸਨ। 11ਵੀਂ ਸਦੀ ਵਿੱਚ ਅਫਗਾਨ ਹੁਕਮਰਾਨ ਫਰੋਖ ਸ਼ਾਹ, ਜਿਸ ਦਾ ਛੋਟਾ ਭਰਾ ਸ਼ੇਖ ਸਈਦ ਖਾਨਾ ਜੰਗੀ ਹੋਣ ਕਰਕੇ ਅਫਗਾਨਿਸਤਾਨ ਨੂੰ ਤਿਆਗ ਕੇ ਹਿੰਦੁਸਤਾਨ ਵਿੱਚ ਆ ਗਏ। ਪਹਿਲੇ ਕਸੂਰ ਠਹਿਰੇ, ਬਾਅਦ ਵਿੱਚ ਮੁਲਤਾਨ ਆ ਵਸੇ। ਸ਼ੇਖ ਸਈਦ ਦੇ ਤਿੰਨ ਬੇਟੇ ਸਨ। ਵੱਡੇ ਪੁੱਤਰ ਦਾ ਨਾਂ ਜਲਾਲੁਦੀਨ ਸੀ। ਜਲਾਲੁਦੀਨ ਦਾ ਵਿਆਹ ਮਰੀਅਮ ਨਾਲ ਹੋਇਆ ਅਤੇ ਮਰੀਅਮ ਦੇ ਕੁੱਖੋਂ ਬਾਬਾ ਫਰੀਦ ਜੀ ਦਾ ਜਨਮ ਰਮਜ਼ਾਨ ਦੇ ਮਹੀਨੇ ਵਿੱਚ 1100 ਤੇ ਇਤਿਹਾਸ ਵਿੱਚ ਸ਼ੇਖ ਫਰੀਦ ਦਾ ਪੂਰਾ ਨਾਂ ਸ਼ੇਖ ਫਰੀਦੁੱਦੀਨ ਮਸਾਊਦ ਗੰਜਸ਼ਕਰ ਮਿਲਦਾ ਹੈ। ਆਪ ਜੀ ਦਾ ਜਨਮ ਅਸਥਾਨ ਖੋਤੋਵਾਲ ਚਾਵਲੀ ਮੁਸ਼ਾਇਰਾ ਜ਼ਿਲ੍ਹਾ ਮੁਲਤਾਨ, ਜੋ ਕਿ ਪਾਕਿਸਤਾਨ ਵਿੱਚ ਪ੍ਰਸਿੱਧ ਹੈ। ਆਪ ਜੀ ਦੇ ਮੁਰਸ਼ਦ ਦਾ ਨਾਂ ਖਵਾਜਾ ਬਖਤਿਆਰ ਕਾਕੀ ਹੈ। ਆਪ ਜੀ ਦੇ ਮਾਤਾ ਪਿਤਾ ਜੀ ਬਹੁਤ ਨੇਕ ਅਤੇ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ। ਖਾਸ ਕਰਕੇ ਆਪ ਜੀ ਦੇ ਮਾਤਾ ਜੀ ਇੱਕ ਪੁੱਗੀ ਹੋਈ ਆਤਮਾ ਸੀ, ਜਿਨ੍ਹਾਂ ਦੇ ਮਨ ਵਿੱਚ ਹਰ ਸਮੇਂ ਇਹ ਤੀਬਰ ਇੱਛਾ ਬਣੀ ਰਹਿੰਦੀ ਸੀ ਕਿ ਕਿਵੇਂ ਮੇਰਾ ਹੋਣਹਾਰ ਪੁੱਤਰ ਪਰਮਾਤਮਾ ਦਾ ਭਗਤ ਬਣੇ। ਪ੍ਰਭੂ ਪਰਮਾਤਮਾ ਦੇ ਮਹਾਨ ਮਰਤਬੇ ਦੀ ਪ੍ਰਾਪਤੀ ਲਈ ਮਾਤਾ ਮਰੀਅਮ ਨੇ ਆਪ ਜੀ ਦੇ ਜੀਵਨ ਨੂੰ ਮਹਾਨ ਬਣਾਉਣ ਵਿੱਚ ਯੋਗਦਾਨ ਪਾਇਆ। ਬਚਪਨ ਵਿੱਚ ਸ਼ੱਕਰ ਦੀ ਪੁੜੀ ਮਸੱਲੇ ਹੇਠ ਰੱਖ ਕੇ ਆਪ ਜੀ ਦੀ ਮਾਤਾ ਨੇ ਆਪ ਜੀ ਨੂੰ ਪ੍ਰਭੂ ਪਰਮਾਤਮਾ ਦੀ ਭਗਤੀ ਕਰਨ ਵੱਲ ਪ੍ਰੇਰਿਆ। ਸਮਾਂ ਪਾ ਕੇ ਸ਼ੱਕਰ ਦੀ ਪੁੜੀ ਹੀ ਨਾਮ ਰਸ ਦਾ ਰੂਪ ਧਾਰਨ ਕਰ ਗਈ, ਜਿਸ ਦੇ ਮੁਕਾਬਲੇ ਵਿੱਚ ਸ਼ੱਕਰ, ਖੰਡ, ਮਿਸ਼ਰੀ, ਗੁੜ, ਦੁੱਧ ਆਦਿ ਫਿੱਕੇ ਪੈ ਗਏ। ਆਪ ਜੀ ਨੇ
ऐसे प्रभु रस नूं माणिया अते पुकार के कह भी दिता, फरीदा शक्कर खंड निवात गुड़ माखियो माजा दुध सबे वस्तु मिठियां रब ना पुजन तुद। हजरत निजामुद्दीन औलिया जो के आप जी दे प्यारे भगत सन, आप जी दी माता मरियम तो ही प्रभावित हो के ही आप जी दे सेवक बने। निजामुद्दीन दा पहला ना चावा सी ते ओ एक चोर सी। रात नू चोरी दी सूज लैके जो ही आप जी दे घर पुजे ता चावा दी अखां दी रोशनी खत्म हो गई। तड़फदिया बिलबिला उठे ते बोले, एक सूफी दा दर है, इस दर ते हर कोई बख्शिया जांदा है, खतावां माफ कीतियां जांदियां हन, जे मेरे ते एक किरपा हुई ता मैं इस सूफी फकीर दा सच्चा भगत बन जावांगा। ता आप जी दे माता दे अरदास वजों चावा दी अखां दी रोशनी बहाल हुई। अगले ही दिन चावा अपने बीवी बच्चियां नू लै के मरियम दे अगे हाथ जोड़े ता चावा निजामुद्दीन औलिया बनिया ते तारीख दे पन्नियां विच भगत प्रसिद्ध होए। बाबा जी दे दो भरा अते एक भैण सन। वड़े भरा दा नां ख्वाजा अजीजुद्दीन अते छोटे भरा दा नां ख्वाजा नजीबुद्दीन ते भैण दा नां जमीला खातून सन। आप जिया तो बाद पाक पतन विच आप जी दी गदी नशीनी दी एक लहर चली। आप जिया दी गदी इस प्रकार चली, हजरत बाबा फरीदुद्दीन गंजशकर, दीवान बद्रुद्दीन सुलेमान, दीवान अलाहुद्दीन मौजे दरिया, दीवान मुआजुद्दीन, पीर फजलुद्दीन, ख्वाजा दीन मुनावर शाह, पीर दीवान बहाउद्दीन हारून, पीर शेख अहमद शाह, पीर अताउल्लाह, ख्वाजा शेख मोहम्मद, शेख इब्राहिम फरीद सानी। शेख इब्राहिम दा दूसरा नाम फरीद सानी है। शेख इब्राहिम दी गदी नशीनी उसे वेले विच है जिस वेले श्री गुरु नानक देव जी अपने उदासियां दे दौरान पंजाब दी धरती ते जगत दे उदार ते निकले सन। श्री गुरु नानक देव जी शेख इब्राहिम नू जद मिले उस वेले शेख इब्राहिम बहुत छोटी उम्रे सी गे। पाक पतन तो कुछ को मील दूर कमाल नामी जो के शेख इब्राहिम दे सेवक सन जंगला विच लकड़ा ले आया सी। तद कमाल नू गुरु जी दे दर्शन प्राप्त होए। तद गुरु जी एक शब्द गायन कर रहे सन। कमाल गुरु जी दे शब्द सुन के बड़े निहाल होए अते वापस पाक पतन आके सारी गल शेख इब्राहिम नू दसी। शेख इब्राहिम कुछ प्रश्न लेके श्री गुरु नानक देव जी नू मिलन आए। तद शेख इब्राहिम अते श्री गुरु नानक देव जी दे आपस विच एक गोष्ट होई ते शेख इब्राहिम दे मन विच चल रहे हर एक प्रश्न दा उत्तर श्री गुरु नानक देव जी ने महान गुरबाणी शब्दा राही दिता जो के इस प्रकार हन। सलोक सज्जन सच परख मुख अलावन थोथरा अंग 1100 सूही महला पहला जब तप का बन बेवला जित लंके वहेला अंग 729 सूही महला पहला सुचे जी जातू ता मैं सब को तू साहिब मेरी रास जियो अंग 762 सलोक महला पहला दाती साहिब संदिया क्या चले तिस नाल अंग 83 तुखारी महला पहला पहले पहरे नैन सलोन नड़िए रैन अंधियारी राम अंग 1110 मारू महला पहला मिल मात पिता पिंड कमाया तिन करते लेख लिखाया अंग 999 श्री राग महला पहला आओ पैने गल मिलो
ਅੰਕ ਸੁਹੇਲ ਲੜੀਆ ਅੰਗ ਸਤਾਰਾ ਸ਼ੇਖ ਇਬਰਾਹਿਮ ਆਪ ਜੀ ਦੇ ਉੱਤਰ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਕਈ ਦਿਨ ਸ਼ੇਖ ਇਬਰਾਹਿਮ ਕੋਲ ਠਹਿਰੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸ਼ੇਖ ਇਬਰਾਹਿਮ ਤੋਂ ਵਿਦਾ ਹੋਣ ਲੱਗੇ ਤਾਂ ਸ਼ੇਖ ਇਬਰਾਹਿਮ ਨੇ ਆਪ ਜੀਆਂ ਨੂੰ ਉਹ ਪੋਥੀ ਆਪ ਜੀ ਦੇ ਹਵਾਲੇ ਕੀਤੀ ਜਿਸ ਦੇ ਵਿੱਚ ਸ਼ੇਖ ਫਰੀਦ ਦੇ ਅਮਰ ਬੋਲ ਦਰਜ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਪੋਥੀ ਗੁਰਗੱਦੀ ਦੇਣ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਤਾਰੀਖ ਵਿੱਚ ਆਉਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸ਼ੇਖ ਇਬਰਾਹਿਮ ਨੂੰ ਦੋ ਵਾਰੀ ਮਿਲੇ ਸਨ ਸ਼ੇਖ ਇਬਰਾਹਿਮ ਦੀ ਆਖਰੀ ਆਰਾਮਗਾਹ ਖੇਮ ਖਾਰਾ ਮੀਆਂ ਵਾਲੀ ਪਾਕ ਭਾਰਤ ਬਾਰਡਰ ਤੇ ਸਥਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੋਏ ਸ਼ੇਖ ਫਰੀਦ ਜੀ ਦੀ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ ਪਾਗ ਪਹਿਲਾ ਰਾਗ ਆਸਾ ਦੋ ਸ਼ਬਦ ਅੰਗ 488 ਪਾਗ ਦੂਜਾ ਰਾਗ ਸੂਹੀ ਦੋ ਸ਼ਬਦ ਅੰਗ 798 ਪਾਗ ਤੀਜਾ ਸਲੋਕ ਸ਼ੇਖ ਫਰੀਦ ਕੇ 134 ਸਲੋਕ ਅੰਗ 1377 ਤੋਂ 1384 ਇਹ ਗੁਰਦੁਆਰਾ ਜਿਸ ਦੇ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਇਸ ਦਾ ਨਾਮ ਗੁਰਦੁਆਰਾ ਟਿੱਬਾ ਨਾਨਕਸਰ ਹੈ ਇਹ ਉਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀਆਂ ਨਾਲ ਸ਼ੇਖ ਇਬਰਾਹਿਮ ਦੀ ਗੋਸ਼ਟ ਹੋਈ ਸੀ ਬਿਸਮਿਲ੍ਲਾ ਰਹਿਮਾਨ ਰਹੀਮ ਇਹ ਮੇਰਾ ਨਾਂ ਦੀਵਾਨ ਅਹਿਮਦ ਮਸੂਦ ਚਿਸ਼ਤੀ ਫਰੀਦੀ ਹੈ ਔਰ ਅਸੀਂ ਬਾਬਾ ਸਾਹਿਬ ਦੀ ਔਲਾਦ ਵਿੱਚੋਂ ਹੈ ਬਾਕੀ ਤੁਸੀਂ ਦੇਖੋ ਹੋਣਾ ਬਾਕੀ ਦਰਗਾਹ ਵਿੱਚ ਮੁਤਵੱਲੀ ਜਾਂ ਵੈਸੇ ਮੁਜਾਵਰ ਜਾਂ ਖਾਦਮ ਬੈਠੇ ਹੁੰਦੇ ਜੀ ਜੀ ਬਾਬਾ ਸਾਹਿਬ ਦੀ ਜਿਹੜੀ ਦਰਗਾਹ ਹੈ ਇੱਥੇ ਅਸੀਂ ਔਲਾਦ ਤੋਂ ਸਿਲਸਿਲਾ ਚੱਲ ਰਿਹਾ ਜੀ ਜੀ ਅਤੇ ਹੁਣ ਅਸੀਂ 28ਵੀਂ ਮੈਂ ਪੁਸ਼ ਬਾਬਾ ਸਾਹਿਬ ਦੀ ਅਸੀਂ ਬੈਠੇ ਹਾਂ ਇੱਥੇ 28ਵੀਂ ਲੜੀ ਵਿੱਚੋਂ ਜਿਹੜੀ ਆਪਦੇ ਖੂਨ ਤੋਂ ਹੈ ਔਰ ਆਪਦੇ ਔਲਾਦ ਵਿੱਚੋਂ ਹੈ ਜੀ ਜੀ ਅਤੇ ਇਹ ਸਿਲਸਿਲਾ ਬਾਬਾ ਸਾਹਿਬ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਨੂੰ ਆਪ ਦੀ ਔਲਾਦ ਵਿੱਚੋਂ ਹਨ ਅੱਛਾ ਅੱਛਾ ਠੀਕ ਹਜ਼ਰਤ ਬਾਬਾ ਫਰੀਦੁੱਦੀਨ ਮਸੂਦ ਗੰਜਸ਼ਕਰ ਆਪ ਦਾ ਜਿਹੜਾ ਪੀਰ ਖਾਨਾ ਹੈ ਉਹ ਖਾਜਾ ਖਾਜਗਾਨ ਹਜ਼ਰਤ ਖਾਜਾ ਕੁਤਬੁੱਦੀਨ ਬਖਤਿਆਰ ਕਾਕੀ ਯੂਸ਼ੀ ਦੇਲਵੀ ਜੀ ਜੀ ਉਹ ਆਪਦੇ ਮੁਰਸ਼ਦ ਹਨ ਅਤੇ ਆਪਦੇ ਦਾਦਾ ਮੁਰਸ਼ਦ ਹਨ ਖਾਜਾ ਮੁਈਨੁੱਦੀਨ ਚਿਸ਼ਤੀ ਅਜਮੇਰੀ ਗਰੀਬ ਨਵਾਜ਼ ਜਿਨ੍ਹਾਂ ਨੂੰ ਕਿਹਾ ਜਾਂਦਾ ਜੀ ਜੀ ਅਤੇ ਆਪ ਦੇਖ ਰਹੇ ਹੋ ਕਿ ਇੱਥੇ ਕਈ ਸਦੀਆਂ ਗੁਜ਼ਰ ਗਈਆਂ ਜੀ ਜੀ 800 ਸਾਲ ਬਾਅਦ ਵੀ ਅੱਜ ਬਾਬਾ ਸਾਹਿਬ ਨੂੰ ਲੋਕ ਯਾਦ ਕਰਦੇ ਨੇ ਉਹਨਾਂ ਦੇ ਦਿਲ ਵਿੱਚ ਲੋਕਾਂ ਦੀ ਮੁਹੱਬਤ ਲੋਕਾਂ ਦੇ ਦਿਲ ਵਿੱਚ ਹਾਲੇ ਤੱਕ ਬਹੁਤ ਜ਼ਿਆਦਾ ਹੈ ਔਰ ਉਹ ਯਕੀਨ ਕਰੋ ਕਿ ਹਰ ਸਾਲ ਅਸੀਂ ਵੇਖਦੇ ਹਾਂ ਉਸ 'ਤੇ ਕਿ ਵੱਧਦੀ ਜਾ ਰਹੀ ਹੈ ਲੋਕ ਜ਼ਿਆਦਾ ਤੋਂ ਜ਼ਿਆਦਾ ਹੁੰਦੇ ਜਾ ਰਹੇ ਇਹ ਅਸੀਂ ਮੌਜੂਦ ਹੈ ਬਿਸ਼ਤੀ ਦਰਵਾਜ਼ਾ ਇਹ ਦਰਵਾਜ਼ਾ ਹੈ ਜੀ ਜੀ ਜੋ ਸਾਲ 5 ਮੁਹਰਮ ਨੂੰ ਖੁੱਲ੍ਹਦਾ ਹੈ ਅਤੇ 9 ਮੁਹਰਮ ਤੱਕ ਖੁੱਲ੍ਹਾ ਰਹਿੰਦਾ 5 ਰਾਤਾਂ ਵਿੱਚ ਇਹ ਖੁੱਲ੍ਹਦਾ ਫਿਰ ਪੂਰੇ ਸਾਲ ਵਾਸਤੇ ਇਹਨੂੰ ਬੰਦ ਕਰ ਦਿੱਤਾ ਇਹਦੀ ਸਭ ਤੋਂ ਇੱਕ ਮਜ਼ਬੂਤ ਜਿਹੜੀ ਰਵਾਇਤ ਹੈ ਜਦ ਆਪ ਦਾ ਵਿਸਾਲ ਹੋਇਆ ਹਜ਼ਰਤ ਬਾਬਾ ਫਰੀਦੁੱਦੀਨ ਮਸੂਦ ਗੰਜਸ਼ਕਰ ਦਾ ਆਪ ਦਾ ਇਹ ਹੁਜਰਾ ਮੁਬਾਰਕ ਸੀ ਆਪ ਨੂੰ ਮਾਨਤਨ ਇੱਕ ਜਗ੍ਹਾ ਬਿਲਕੁਲ ਨਾਲ ਹੀ ਆਪ ਨੂੰ ਰੱਖਿਆ ਗਿਆ ਹਜ਼ਰਤ ਨਿਜ਼ਾਮਉਦੀਨ ਔਲੀਆ ਆਪ ਇੱਥੇ ਹਾਜ਼ਰ ਹੋਏ ਉਹਨਾਂ ਨੇ ਫਰਮਾਇਆ ਮੇਰੇ ਸ਼ੇਖ ਦੀ ਇਹ ਵਾਲੀ ਜਗ੍ਹਾ ਜਿੱਥੇ ਹੁਣ ਮੌਜੂਦ ਹੈ ਇੱਥੇ ਆਪ ਨੂੰ ਆਪ ਦੀ ਤਰਕੀਮ ਤੋਂ ਬਾਅਦ ਆਪ ਕਸ਼ਫੇ ਬਾਤਿਨ ਵਿੱਚ ਦੇਖਦੇ ਨੇ ਖਾਸ ਕੈਫੀਅਤ ਨੂੰ ਉਹ ਆਖਦੇ ਨੇ ਆਪ ਕਸ਼ਫੇ ਬਾਤਿਨ ਵਿੱਚ ਦੇਖਦੇ ਨੇ ਕਿ ਆਕਾ ਕਰੀਮ ਰਊਫੁਰ ਰਹੀਮ ਸੱਲੱਲਾਹੁ ਅਲੈਹਿ ਵਸੱਲਮ ਇੱਥੇ ਤਸ਼ਰੀਫ਼ ਲਿਆਉਂਦੇ ਨੇ ਔਰ ਉਹ ਫਰਮਾਉਂਦੇ ਨੇ ਕਿ ਇਹ ਜੋ ਇਸ ਦਰਵਾਜ਼ੇ 'ਚ ਗੁਜ਼ਰੇਗਾ ਉਹ ਅਮਨ ਪਾਏਗਾ 15 ਰੋਜ਼ਾ ਤਕਰੀਬਾਤ ਵਿੱਚ 20-25 ਲੱਖ ਲੋਕ ਇੱਥੋਂ ਫੈਜ਼ਯਾਬ ਹੁੰਦੇ ਨੇ ਔਰ ਇਸ ਦਰਗਾਹ 'ਤੇ ਹਾਜ਼ਰੀ ਪੇਸ਼ ਕਰਦੇ ਨੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਅਰਜ਼ ਕਰ ਚੁੱਕਾ ਕਿ 5 ਮੁਹਰਮ ਉਲ ਹਰਾਮ ਨੂੰ ਜਿਸ ਦਿਨ ਆਪਦਾ ਵਿਸਾਲ ਮੁਬਾਰਕ ਹੈ ਉਸ ਦਿਨ ਇਹ ਦਰਵਾਜ਼ਾ ਖੋਲ੍ਹਾ ਜਾਂਦਾ ਔਰ 5 ਰਾਤਾਂ ਇਹ ਖੁੱਲ੍ਹਾ ਜਾਂਦਾ ਸਿਰਫ ਰਾਤਾਂ ਵਿੱਚ ਮਗਰਬ ਟਾਈਮ ਜਾਂ ਇਸ਼ਾ ਟਾਈਮ ਖੁੱਲ੍ਹਦਾ ਹੈ ਅਤੇ ਫਿਰ ਫਜਰ ਦੀ ਅਜ਼ਾਨ ਤੱਕ ਇਹਨੂੰ ਹਰ ਜ਼ਾਇਰੀਨ ਵਾਸਤੇ ਇਹਨੂੰ ਖੋਲ੍ਹਾ ਜਾਂਦਾ ਹੈ।